कि जो पंजाब दा मुख्यमंत्री है हौली हौली सारे इंटरेस्ट पंजाब दे सरेंडर करी जा रहे हैं। मुख्यमंत्री है कि नहीं, कौन कंट्रोल कर रहा है, क्योंकि भगवंत मान तो रबर स्टैंप है ते चुप करके बैठा है। राघव चड्ढे वास्ते सारा कानून बनाया जा रहा है, सरकार नु हथिया लिया, अज राघव चड्ढा पंजाब उत्ते राज कर रहा है, क्या पंजाबी ये बर्दाश्त कर सकणगे? अरविंद केजरीवाल सुपर सीएम, राघव चड्ढा कार्यकारी मुख्यमंत्री अते भगवंत मान आरजी मुख्यमंत्री। ए तंज मार पंजाब दियां विरोधी सियासी धिरां भगवंत मान नूं घेरियां ने अते पंजाब सरकार विच दिल्ली दे दखल दी चर्चा दरमियान हुण पंजाब सरकार नूं सलाह देण दे लई बनाई कमेटी दी चेयरमैनी राघव चड्ढा नूं देण पिछे इह चूंझ चर्चा तेज हो चुकी है कि भगवंत मान तां रबड़ स्टंप है, असल विच सरकार हुण राघव चड्ढा ही चलाउणगे। राघव चड्ढे वास्ते सारा कानून बनाया जा रहा है, उन्हों ऑफिस ऑफ प्रॉफिट तो बाहर रखने वास्ते। देखो कि तरह आम आदमी पार्टी ढिंडोरा पिट रही थी, ओ जी देखो जी एडवाइजरी कमेटी ने कोई पैसे नहीं लेने, एडवाइजरी कमेटी को तनखा नहीं ले रही, एडवाइजरी कमेटी को पत्ता नहीं ले रही। अरे स्पष्ट नहीं बोल रहे सी कि एडवाइजरी कमेटी राघव चड्ढा है और वो ऑफिस ऑफ प्रॉफिट जाजूगा अगर वो पैसे लेगा तो। सरकार नु हथिया लिया भगवंत मान जी, असि तुहानू बार बार कहते रहे, लोगों ने मैंडेट तुहानू दिता सी और तुसी डॉक्टर मनमोहन सिंह वर्गों ओही रस्ता बुलाया, पागी पाग रह गई, बाकी सब कुछ पंजाब दा चुक के राघव चड्ढे नूं दे दित्ता। अज राघव चड्ढा पंजाब उत्ते राज कर रहा है, क्या पंजाबी ये बर्दाश्त कर सकणगे? हालांकि चंडीगढ़ उपर हरियाणा पंजाब हक दे रेड़के दरमियान पंजाब लई विधानसभा वास्ते जमीन मंगन वाले बयान उपर घिरे भगवंत मान नूं हुण विरोधी सियासी धिरां समेत आम लोग घेर रहे ने कि पंजाब दी आवाम ने तुहानू 92 विधायक जिता सत्ता सौंपी, तुसी आप पासे हो, पंजाब दा स्टीयरिंग दिल्ली नूं सौंप रहे हो। हरसिमरत कौर बादल ने इस ते प्रतिक्रिया दिंदे होए कहा कि पहला दौर संपूर्ण है, भगवंत मान हुण विआह दी छुट्टी उपर भेज दिता गया ते आप कन्वीनर अरविंद केजरीवाल ਵਾਲ ਦੇ ਖਾਸਮ ਖਾਸ ਰਾਘਵ ਚੱਡਾ ਨੂੰ ਪੰਜਾਬ ਦਾ ਇੰਚਾਰਜ ਥਾਪ ਦਿੱਤਾ ਗਿਆ ਹੈ। ਹੁਣ ਆਮ ਆਦਮੀ ਪਾਰਟੀ ਪੰਜਾਬ ਅਤੇ ਇਸ ਦੇ ਹੱਕਾਂ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਹੁਣ ਚੰਡੀਗੜ੍ਹ ਅਤੇ SVL ਵਾਸਤੇ ਲੜਨ ਲਈ ਤਿਆਰ ਹੋ ਜਾਓ ਪੰਜਾਬੀਓ, ਇਸ ਟਿੱਪਣੀ ਦੇ ਬਹੁਤ ਮਾਇਨੇ ਨੇ। ਆਉਂਦੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਉਬਾਲ ਦੀ ਪੇਸ਼ਨਗੋਈ ਇਹ ਟਿੱਪਣੀ ਕਰ ਰਹੀ ਹੈ। ਪੰਜਾਬ ਦੇ ਚੰਡੀਗੜ੍ਹ ਉੱਪਰ ਹੱਕ ਬਾਰੇ ਕੋਈ ਸਪਸ਼ਟ ਸਟੈਂਡ ਲੈਣ ਤੋਂ ਖੁੰਝੇ ਭਗਵੰਤ ਮਾਨ ਲਈ ਦਿੱਲੀ ਦੇ ਵੱਧਦੇ ਦਖਲ ਦੀਆਂ ਟੋਕਰਾਂ ਪੰਜਾਬ ਦੀ ਸਿਆਸਤ ਭਖਾ ਰਹੀਆਂ ਨੇ। ਪਹਿਲਾਂ ਪੰਜਾਬ ਨਾਲ ਕੇਜਰੀਵਾਲ ਦਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਅਤੇ ਹੁਣ ਸਲਾਹਕਾਰ ਕਮੇਟੀ ਬਹਾਨੇ ਰਾਘਵ ਚੱਡਾ ਦੀ ਤਾਜਪੋਸ਼ੀ। ਪੰਜਾਬ ਵਿੱਚ ਇਹ ਮੁੱਦਾ ਸਿਆਸਤ ਦੇ ਕੇਂਦਰ ਵਿੱਚ ਹੈ ਅਤੇ ਭਗਵੰਤ ਮਾਨ ਇਹਨਾਂ ਮੁੱਦਿਆਂ ਉੱਪਰ ਘਿਰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਹੌਲੀ ਹੌਲੀ ਸਾਰੇ ਇੰਟਰਸਟ ਪੰਜਾਬ ਦੇ ਸਰੈਂਡਰ ਕਰੀ ਜਾ ਰਿਹਾ ਹੈ। ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪਰਮਨੈਂਟ ਮੈਂਬਰ ਪੰਜਾਬ ਸੀ, ਉਹ ਪਰਮਨੈਂਟ ਮੈਂਬਰ ਲਾਇਆ ਗਿਆ, ਪੰਜਾਬ ਦਾ ਮੁੱਖ ਮੰਤਰੀ ਨਹੀਂ ਬੋਲਿਆ। ਜਦੋਂ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਬਿਆਨ ਆਇਆ, ਪੰਜਾਬ ਦਾ ਮੁੱਖ ਮੰਤਰੀ ਨਹੀਂ ਬੋਲਿਆ। ਜਦੋਂ ਯੂਨੀਅਨ ਟੈਰੀਟਰੀ ਜਿੱਥੇ ਰਿਕਰੂਟਮੈਂਟ ਡਾਇਰੈਕਟ ਨਹੀਂ ਹੁੰਦੀ ਸੀ, ਉਦੋਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬੋਲਿਆ। ਮੈਂ ਤਾਂ ਹੈਰਾਨ ਹੈ ਕਿ ਬੋਲੀ ਮੁੱਖ ਮੰਤਰੀ ਹੈ ਕਿ ਨਹੀਂ, ਕੌਣ ਕੰਟਰੋਲ ਕਰ ਰਿਹਾ, ਕੌਣ ਬਿਆਨ ਦੇ ਰਿਹਾ। ਅਸੀਂ ਤਾਂ ਡੀਕ ਰਹੇ ਸੀ, ਸ਼ਾਇਦ ਗਲਤੀ ਨਾਲ ਬਿਆਨ ਦਿੱਤਾ ਗਿਆ ਨਾ ਹੋਵੇ, ਪਰ ਅੱਜ ਹੁਣ ਐਂ ਲੱਗਦਾ ਕਿ ਬੜੀ ਸਾਜਿਸ਼ ਨਾਲ ਕੇਜਰੀਵਾਲ ਨੇ ਬਿਆਨ ਦਵਾਇਆ ਅਤੇ ਕਿਉਂਕਿ ਭਗਵੰਤ ਮਾਨ ਤਾਂ ਰਬਰ ਸਟੈਂਪ ਹੈ ਤੇ ਚੁੱਪ ਕਰਕੇ ਬੈਠਾ। ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ ਤੇ ਪੰਜਾਬੀ ਕਿਤੇ ਬਰਦਾਸ਼ਤ ਨਹੀਂ ਕਰੂਗਾ। ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਜਨਤਾ ਨੇ ਫਤਵਾ ਤੁਹਾਨੂੰ ਦਿੱਤਾ ਤੇ ਸਰਕਾਰ ਤੁਸੀਂ ਦਿੱਲੀਓਂ ਚਲਾ ਰਹੇ ਹੋ। ਖਾਸਕਰ ਚੰਡੀਗੜ੍ਹ ਉੱਪਰ ਪੰਜਾਬ ਦੇ ਬੁਨਿਆਦੀ ਹੱਕ ਦੀ ਪੈਰਵਾਵਾਂ ਤੋਂ ਖੁੰਝੇ ਭਗਵੰਤ ਮਾਨ ਨੂੰ ਉਹਨਾਂ ਦੇ ਇੱਕ ਬਿਆਨ ਨੇ ਅਲੱਗ ਥਲੱਗ ਕਰ ਦਿੱਤਾ ਹੈ। ਹਰਿਆਣਾ ਨੂੰ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਦਾ ਵਿਰੋਧ ਕਰਨ ਦੀ ਥਾਂ ਉਹ ਪੰਜਾਬ ਲਈ ਜ਼ਮੀਨ ਮੰਗ ਰਹੇ ਨੇ, ਪਰ ਹਰਿਆਣਾ ਦੀ ਵਿਰੋਧਤਾ ਨਾ ਕਰਕੇ ਚੰਡੀਗੜ੍ਹ ਉੱਪਰ ਹਰਿਆਣਾ ਦੇ ਹੱਕ ਦੀ ਮੋਹਰ ਲਗਾ ਰਹੇ ਨੇ। ਮਨੋਹਰ ਲਾਲ ਖੱਟਰ ਦਾ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਜ਼ਮੀਨ ਮੰਗਣਾ ਉਹਨਾਂ ਦਾ ਸਿਆਸੀ ਪੈਂਤੜਾ ਹੈ, ਪਰ ਤੁਸੀਂ ਪੰਜਾਬ ਲਈ ਜ਼ਮੀਨ ਮੰਗ ਉਸ ਕਹਾਵਤ ਨੂੰ ਪ੍ਰਗਟਾ ਰਹੇ ਹੋ ਕਿ ਇੱਕ ਫਿਰੋ ਨੱਥ ਕਢਾਉਣ ਨੂੰ ਤੇ ਦੂਜਾ ਫਿਰੋ ਨੱਕ ਵਢਾਉਣ ਨੂੰ। ਸੋ ਪੰਜਾਬੀਆਂ ਦੀ ਨੱਕ ਵਢਾਉਣ ਦੀ ਥਾਂ ਇਸ ਵੇਲੇ ਲੋੜ ਚੰਡੀਗੜ੍ਹ ਦੇ ਹੱਕ ਵਿੱਚ ਠੋਕਵਾਂ ਸਟੈਂਡ ਲੈਣ ਦੀ ਹੈ। ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਵੀ ਇਸ ਉੱਪਰ ਸਵਾਲ ਚੁੱਕੇ ਨੇ। ਜਦੋਂ ਚੰਡੀਗੜ੍ਹ ਬਣਿਆ ਗਿਆ ਤਾਂ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ। ਜਦੋਂ 1966 ਵਿੱਚ ਪੰਜਾਬ ਦੀ ਵੰਡ ਹੋਈ ਤਾਂ ਇਹ ਯੋਜਨਾ ਸੀ ਕਿ ਸਿਰਫ 5 ਸਾਲ ਲਈ ਹਰਿਆਣਾ ਦੀ ਰਾਜਧਾਨੀ
राजधानी रहेगी। जेकर हरियाणा सरकार अपनी राजधानी अलग बनाना चाहती है तो केंद्र सरकार नूं उसकी मदद करनी चाहिए है। चंडीगढ़ से सिर्फ पंजाब का हक है, इन्हां शब्दों का प्रगटावा श्री आनंदपुर साहब तो संसद मैंबर मनीष तिवाड़ी ने किया है। पंजाब यूनिवर्सिटी बारे उन्होंने कहा कि इसका एक अपना इतिहास, पहला लाहौर फिर शिमला रही पंजाब यूनिवर्सिटी मुड़ चंडीगढ़ आ गई सी, यूनिवर्सिटी नाल पंजाब दीआं भावनावां जुड़ियां होईआं ने। केंद्र सरकार नूं पैसे दे तौर ते यूनिवर्सिटी की मदद करनी चाहीदी है, पर यूनिवर्सिटी ते पंजाब दे स्टेटस नूं बहाल रखना चाहीदा है। पंजाब विचली आम आदमी पार्टी की सरकार वल्लों विधानसभा विच पंजाब यूनिवर्सिटी संबंधी लियांदे प्रस्ताव की मनीष तिवाड़ी वल्लों प्रोड़ता की गई। उन्हां पंजाब दे ऑर्डर संबंधी कहा कि पंजाब की अमन शांति जदों भंग हुंदी है आधार पंजाबी अते पंजाबीयत नूं ठेस लगदी है। उन्होंने कहा कि नवीं सरकार नूं पूरी कोशिश करनी चाहीदी है कि पंजाब की अमन शांति नूं किसी भी तरह ठेस ना लगे। सो भगवंत मान साहब, पंजाब की सत्ता तां पंजाबियों ने सौंप दी, हुण वक्त पंजाब लई लड़न दा है। साडे यूट्यूब चैनल नूं सबसक्राइब करो।